फ्रेंड्स और वीडियोस के लिए हमारे इस चैनल को सब्सक्राइब करें और आइकन को भी जरूर दबाएं। हेलो फ्रेंड्स वेलकम टू माय यूट्यूब चैनल फ्रेंड्स वीडियो में अंस के इंपॉर्टेंट क्वेश्चन करने वाले हाँ जी जी कि एस एस टी मास्टर ग्रेड एग्जाम में आ सकते हैं बहुत बहुत इंपोर्टेंट क्वेश्चनस हैं इन जरूर कर लियो तो जेने मेरे चैनल हालां तक सबसक्राइब नहीं किया सबसक्राइब भी जरूर कर दियो ठीक है जी तो आप शुरू करते हैं जी पहला जरा क्वेश्चन है वह है संघी मंत्री परिषद के मंत्री किस दे प्रति जवाबदेह होंगे ਦੇਸ਼ ਸੰਗੀ ਮੰਤਰੀ ਪ੍ਰੀਸ਼ਦ ਦੇ ਜਿਹੜੇ ਮੰਤਰੀ ਹੁੰਦੇ ਹਨ ਜੀ ਉਹ ਕਿਸ ਦੇ ਪ੍ਰਤੀ ਜਵਾਬਦੇਹ ਹੁੰਦੇ ਹਨ ਤਾਂ ਇਹ ਆਪਸ਼ਨ ਹੈ ਜੀ ਰਾਸ਼ਟਰਪਤੀ ਦੇ ਪ੍ਰਤੀ ਬੀ ਆਪਸ਼ਨ ਹੈ ਲੋਕ ਸਭਾ ਦੇ ਪ੍ਰਤੀ ਸੀ ਆਪਸ਼ਨ ਹੈ ਸੰਸਦ ਦੇ ਪ੍ਰਤੀ ਡੀ ਆਪਸ਼ਨ ਹੈ ਪ੍ਰਧਾਨ ਮੰਤਰੀ ਦੇ ਪ੍ਰਤੀ ਤਾਂ ਕਿਸ ਦੇ ਪ੍ਰਤੀ ਜਵਾਬਦੇਹ ਹੁੰਦੇ ਹਨ ਜੀ ਸੰਗੀ ਮੰਤਰੀ ਪ੍ਰੀਸ਼ਦ ਦੇ ਮੰਤਰੀ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ ਬੀ ਆਪਸ਼ਨ ਲੋਕ ਸਭਾ ਦੇ ਪ੍ਰਤੀ ਠੀਕ ਹੈ ਜੀ ਸੰਗੀ ਮੰਤਰੀ ਪ੍ਰੀਸ਼ਦ ਦੇ ਮੰਤਰੀ ਲੋਕ ਸਭਾ ਦੇ ਪ੍ਰਤੀ ਜਵਾਬਦੇਹ ਹੁੰਦੇ ਹਨ ਨੈਕਸਟ ਕੁਐਸਚਨ ਹੈ ਜੀ ਭਾਰਤੀ ਸੰਵਿਧਾਨ ਵਿੱਚ ਅਨੁਛੇਦ 74 ਕਿਹੜੇ ਵਿਸ਼ੇ ਤੇ ਵਿਚਾਰ ਕਰਦਾ ਹੈ ਤਾਂ ਜਿਹੜਾ ਭਾਰਤੀ ਸੰਵਿਧਾਨ ਵਿੱਚ ਅਨੁਛੇਦ 74 74 ਦਿੱਤਾ ਹੋਇਆ ਜੀ ਇਹ ਕਿਹੜੇ ਵਿਸ਼ੇ ਤੇ ਵਿਚਾਰ ਕਰਦਾ ਹੈ ਤਾਂ ਏ ਆਪਸ਼ਨ ਹੈ ਮੰਤਰੀ ਪਰਿਸ਼ਦ ਬੀ ਆਪਸ਼ਨ ਹੈ ਮੰਤਰੀ ਮੰਡਲ ਦੇ ਮੈਂਬਰ ਸੀ ਆਪਸ਼ਨ ਹੈ ਭਾਰਤ ਦੇ ਰਾਸ਼ਟਰਪਤੀ ਡੀ ਆਪਸ਼ਨ ਹੈ ਲੋਕ ਸਭਾ ਦੇ ਮੈਂਬਰ ਤਾਂ ਕਿਸ ਦੇ ਕਿਹੜੇ ਵਿਸ਼ੇ ਤੇ ਵਿਚਾਰ ਕਰਦਾ ਹੈ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ ਏ ਆਪਸ਼ਨ ਮંત્રી ਪਰਿਸ਼ਦ ਠੀਕ ਹੈ ਜੀ ਪਾਰਟਿਸਮਨਾਂ ਵਿੱਚ ਜਿਹੜਾ ਅਨੁਛੇਦ 74 ਹੈ ਉਹ ਮੰਤਰੀ ਪਰਿਸ਼ਦ ਦਾ ਜਿਹੜਾ ਵਿਸ਼ਾ ਹੈ ਉਸ ਤੇ ਵਿਚਾਰ ਕਰਦਾ ਹੈ ਨੈਕਸਟ ਕੁਐਸਚਨ ਹੈ ਜੀ ਹੇਠ ਲਿਖਿਤ ਵਿੱਚੋਂ ਕਿਹੜਾ ਇੱਕ ਪ੍ਰਸਤਾਵ ਭਾਰਤ ਵਿੱਚ ਮੰਤਰੀ ਪਰਿਸ਼ਦ ਰੱਖ ਸਕਦੀ ਹੈ ਤਿੰਨ ਵਿੱਚੋਂ ਕਿਹੜਾ ਪ੍ਰਸਤਾਵ ਹੈ ਜੀ ਜਿਹੜਾ ਕਿ ਭਾਰਤ ਵਿੱਚ ਮੰਤਰੀ ਪਰਿਸ਼ਦ ਰੱਖ ਸਕਦੀ ਹੈ ਤੇ ਏ ਆਪਸ਼ਨ ਹੈ ਜੀ ਅਵਿਸ਼ਵਾਸ ਪ੍ਰਸਤਾਵ ਬੀ ਆਪਸ਼ਨ ਹੈ ਅਵਿਸ਼ਵਾਸ ਪ੍ਰਸਤਾਵ सी ऑप्शन है स्थगन प्रस्ताव डी ऑप्शन है इन्हों को कोई नहीं तो क्या प्रस्ताव है जी जरा कि मंत्री परिषद रख सकती है इसका राइट आंसर होगा जी वह होगा बी ऑप्शन विश्वास प्रस्ताव ठीक है जी विश्वास प्रस्ताव जोड़ा है भारत मंत्री परिषद द्वारा रखा जा सकता है नैक्सट क्वेश्चन है जी भारत के पहले उप प्रधानमंत्री कौन सन भारत पहले ਉਪ ਪ੍ਰਧਾਨ ਮੰਤਰੀ ਸਨ ਜੀ ਰਵਾਈਸ ਪ੍ਰਾਈਮ ਮਿਨਿਸਟਰ ਦਾ ਕੌਣ ਸਨ ਤਾਂ ਇਹ ਆਪਸ਼ਨ ਹੈ ਜੀ ਮੁਰਾਰਜੀ ਦੇਸਾਈ ਬੀ ਆਪਸ਼ਨ ਹੈ ਬਾਬੂ ਜਗਜੀਵਨ ਰਾਮ ਸੀ ਆਪਸ਼ਨ ਹੈ ਚੌਧਰੀ ਚਰਨ ਸਿੰਘ ਡੀ ਆਪਸ਼ਨ ਹੈ ਸਰਦਾਰ ਵੱਲਭ ਭਾਈ ਪਟੇਲ ਤਾਂ ਕੌਣ ਸਨ ਜੀ ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਤਾਂ ਇਸ ਦਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ ਡੀ ਆਪਸ਼ਨ ਸਰਦਾਰ ਵੱਲਭ ਭਾਈ ਪਟੇਲ ਠੀਕ ਹੈ ਜੀ ਸਰਦਾਰ ਵੱਲਭ ਭਾਈ ਪਟੇਲ ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਸਨ ਨੈਕਸਟ ਕੁਐਸਚਨ ਹੈ ਜੀ ਭਾਰਤੀ ਸੰਵਿਧਾਨ ਵਿੱਚ ਨਿਮਨਲਿਖਤ ਵਿੱਚੋਂ ਕਿਹੜੇ ਪਦ ਦਾ ਉਲੇਖ ਨਹੀਂ ਹੈ ਤਾਂ ਕਿਹੜੀ ਪੋਸਟ ਹੈ ਜੀ ਜਿਹੜਾ ਜਿਸ ਦਾ ਕਿ ਭਾਰਤੀ ਸੰਵਿਧਾਨ ਵਿੱਚ ਉਲੇਖ ਨਹੀਂ ਹੈ ਇਹਨਾਂ ਵਿੱਚ ਦੱਸਣਾ ਹੈ ਅਸੀਂ ਤਾਂ ਇਹ ਆਪਸ਼ਨ ਹੈ ਰਾਸ਼ਟਰਪਤੀ ਬੀ ਆਪਸ਼ਨ ਹੈ ਉਪ ਪ੍ਰਧਾਨ ਮੰਤਰੀ ਸੀ ਆਪਸ਼ਨ ਹੈ ਉਪ ਰਾਸ਼ਟਰਪਤੀ ਡੀ ਆਪਸ਼ਨ ਹੈ ਪ੍ਰਧਾਨ ਮੰਤਰੀ ਤੱਕ ਕਿਹੜੇ ਪੋਸਟ ਦਾ ਉਲੇਖ ਨਹੀਂ ਕੀਤਾ ਹੋਇਆ ਜੀ ਭਾਰਤੀ ਸੰਵਿਧਾਨ ਵਿੱਚ ਤਾਂ ਇਧਰ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਬੀ ਆਪਸ਼ਨ ਉਪ ਪ੍ਰਧਾਨ ਮੰਤਰੀ ਭਾਰਤ ਠੀਕ ਹੈ ਜੀ ਭਾਰਤੀ ਸੰਵਿਧਾਨ ਵਿੱਚ ਉਪ ਪ੍ਰਧਾਨ ਮੰਤਰੀ ਜਿਹੜਾ ਪਦ ਹੈ ਜੀ ਉਸ ਦਾ ਉਲੇਖ ਨਹੀਂ ਹੈ ਨੈਕਸਟ ਕੁਐਸਚਨ ਹੈ ਜੀ ਮੰਤਰੀ ਪਰਿਸ਼ਦ ਵਿੱਚ ਨਿਮਨਲਿਖਿਤ ਵਿੱਚੋਂ ਕੌਣ ਸ਼ਾਮਿਲ ਨਹੀਂ ਹੁੰਦਾ ਤਾਂ ਕੌਣ ਸ਼ਾਮਿਲ ਨਹੀਂ ਹੁੰਦਾ ਜੀ ਮੰਤਰੀ ਪਰਿਸ਼ਦ ਵਿੱਚ ਤਾਂ ਏ ਆਪਸ਼ਨ ਹੈ ਜੀ ਕੈਬਨਿਟ ਮੰਤਰੀ ਬੀ ਆਪਸ਼ਨ ਹੈ ਸੰਸਦਤੀ ਸਚਿਵ ਸੀ ਆਪਸ਼ਨ ਹੈ ਉਪ ਮੰਤਰੀ ਡੀ ਆਪਸ਼ਨ ਹੈ ਰਾਜ ਮੰਤਰੀ ਤਾਂ ਮੰਤਰੀ ਪਰਿਸ਼ਦ ਦੇ ਵਿੱਚ ਕਿਹੜੇ-ਕਿਹੜੇ ਸ਼ਾਮਿਲ ਹੁੰਦੇ ਨੇ ਤੇ ਕਿਹੜੇ-ਕਿਹੜੇ ਨਹੀਂ ਹੁੰਦੇ ਇਹ ਦੱਸਣਾ ਹੈ ਆਪਾਂ ਤਾਂ ਇਹਨਾਂ ਵਿੱਚ ਕਿਹੜਾ ਹੈ ਜਿਹੜਾ ਨਹੀਂ ਸ਼ਾਮਿਲ ਹੁੰਦਾ ਤਾਂ ਇਹ ਦਾ ਰਾਈਟ ਆਨਸਰ ਹੋਵੇਗਾ ਜੀ ਬੀ ਆਪਸ਼ਨ ਸੰਸਦੀ ਸਚੇਵ ਠੀਕ ਹੈ ਜੀ ਇਸ ਵਿੱਚ ਕੈਬਨਰ ਮੰਤਰੀ ਵੀ ਆਉਂਦੇ ਹਨ ਉਪ ਮੰਤਰੀ ਵੀ ਅਤੇ ਰਾਜ ਮੰਤਰੀ ਵੀ ਤਾਂ ਸੰਸਦੀ ਸਚੇਵ ਜਿਹੜਾ ਹੈ ਨਹੀਂ ਹੁਣ ਸ਼ਾਮਲ ਨਹੀਂ ਹੁੰਦਾ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਕਿਹੜੇ ਦਲ ਨੇ 2 ਸਾਲ ਦੇ ਸਮੇਂ ਵਿੱਚ ਦੋ ਪ੍ਰਧਾਨ ਮੰਤਰੀ ਦਿੱਤੇ ਤਾਂ ਕਿਹੜਾ ਦਲ ਸੀ ਜੀ ਜਿਸ ਨੇ ਕਿ 2 ਸਾਲ ਦੇ ਵਿੱਚ ਵਿੱਚ ਦੋ ਪ੍ਰਧਾਨ ਮੰਤਰੀ ਦਿੱਤੇ ਤਾਂ ਇਹ ਆਪਸ਼ਨ ਹੈ ਭਾਰਤੀ ਜਨਤਾ ਪਾਰਟੀ ਬੀ ਆਪਸ਼ਨ ਹੈ ਸਮਾਜਵਾਦੀ ਜਨਤਾ ਪਾਰਟੀ ਸੀ ਆਪਸ਼ਨ ਹੈ ਜਨਤਾਦਲ ਡੀ ਆਪਸ਼ਨ ਹੈ ਜਨਤਾ ਪਾਰਟੀ ਤਾਂ ਕਿਹੜੇ ਦਲ ਨੇ ਦਿੱਤੇ ਸੀ 2 ਸਾਲ ਵਿੱਚ ਦੋ ਪ੍ਰਧਾਨ ਮੰਤਰੀ ਚੁਣੇ ਗਏ ਉਹਨਾਂ ਦੇ ਇਸ ਪਾਰਟੀ ਦੇ ਤਾਂ ਇਸ ਦਾ ਰਾਈਟ ਆਨਸਰ ਹੋਵੇਗਾ ਜੀ ਹੋਵੇਗਾ ਸੀ ਆਪਸ਼ਨ ਜਨਤਾਦਲ ਠੀਕ ਹੈ ਜੀ ਜਨਤਾਦਲ ਜਿਹੜਾ ਹੈ ਜੀ ਉਸ ਨੇ 2 ਸਾਲ ਦੇ ਵਿੱਚ ਦੋ ਪ੍ਰਧਾਨ ਮੰਤਰੀ ਜਿਹੜੇ ਸਨ ਹੋਏ ਸਨ ਠੀਕ ਹੈ ਜੀ ਜਨਤਾਦਲ ਪਾਰਟੀ ਦੇ ਨੈਕਸਟ ਕੁਐਸਚਨ ਹੈ ਜੀ मंत्री मंत्रिमंडल की बैठक की अगवाई कौन करता है तो मंत्रिमंडल मंत्री की बैठक की जोड़ी अगवाई है जी वह कौन करता है तो ये ऑप्शन है मंत्री परिषद बी ऑप्शन है प्रधानमंत्री सी ऑप्शन है राष्ट्रपति डी ऑप्शन है उपराष्ट्रपति तो कौन करता है जी मंत्रिमंडल मंत्री की बैठक की अगवाई तो इसका जो राइट आंसर होगा जी वह होगा बी ऑप्शन प्रधानमंत्री ठीक है जी मंत्री मंडल की बैठक की अगवाई प्रधानमंत्री करता है नैक्सट क्वेश्चन है प्रधानमंत्री की नियुक्ति राष्ट्रपति करता है ये अनुच्छेद दर्ज है तो प्रधानमंत्री की नियुक्ति जो है राष्ट्रपति करता है ये इस बारे जसा गया है तो किनुछेद दसया गया है तो ए ऑप्शन अनुच्छेद इकाहठ बी ऑप्शन अनुच्छेद सताहठ सी ऑप्शन अनुच्छेद पचहत्तर डी ऑप्शन अनुच्छेद अस्सी ਤਾਂ ਕਿਹੜੇ ਅਨੁਛੇਦ ਵਿੱਚ ਦਰਜ ਹੈ ਜੀ ਇਹ ਕਿ ਪ੍ਰਧਾਨ ਮੰਤਰੀ ਨਿਯੁਕਤੀ ਨਿਰਸ਼ਟਪਤੀ ਕਰਦਾ ਹੈ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ ਸੀ ਆਪਸ਼ਨ ਅਨੁਛੇਦ 75 ਵਿੱਚ ਠੀਕ ਹੈ ਜੀ ਅਨੁਛੇਦ 75 ਵਿੱਚ ਦੱਸਿਆ ਗਿਆ ਹੈ ਕਿ ਬਦਨਮਤੀ ਨਿਯੁਕਤੀ ਨਿਰਸ਼ਟਪਤੀ ਕਰਦਾ ਹੈ ਨੈਕਸਟ ਕੁਐਸਚਨ ਹੈ ਜੀ ਰਾਜ ਪੁਨਰਗਠਨ ਅਧਿਨਿਯਮ ਕਿਹੜੇ ਸਾਲ ਪਾਸ ਕੀਤਾ ਗਿਆ ਸੀ ਤਾਂ ਰਾਜਪ੍ਰਣਾਲੀ ਗਠਨ ਅਧਿਨਿਯਮ ਜਿਹੜਾ ਹੈ ਜੀ ਉਹ ਕਿਹੜੇ ਸਾਲ ਪਾਸ ਕੀਤਾ ਗਿਆ ਸੀ ਤਾਂ ਏ ਆਪਸ਼ਨ ਹੈ ਜੀ 1952 ਬੀ ਆਪਸ਼ਨ ਹੈ 1956 ਸੀ ਆਪਸ਼ਨ ਹੈ 1971 ਡੀ ਆਪਸ਼ਨ ਹੈ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਰਾਜਪ੍ਰਣਾਲੀ ਗਠਨ ਅਧਿਨਿਯਮ ਕਿਹੜੇ ਸਾਲ ਪਾਸ ਕੀਤਾ ਗਿਆ ਸੀ ਜਿਹਦਾ ਰਾਈਟ ਆਨਸਰ ਕੀ ਹੋਵੇਗਾ ਜੀ ਰਾਈਟ ਆਨਸਰ ਹੋਵੇਗਾ ਬੀ ਆਪਸ਼ਨ 1956 ਇਸ ਵਿੱਚ ठीक है जी राज पुनर्गठना अधी उन्नीस सौ छपंजा ईस्वी में पास किया गया नैक्सट क्वेश्चन है जी निमलिखितों किस तरह भारतीय नागरिकता प्राप्त की जा सकती है तो इन्होंने दसना है जी किस तरह भारतीय नागरिकता जी है जी इंडियन सिटीजनशिप प्राप्त की जा सकती है तो ए ऑप्शन है जन्म राही बी ऑप्शन है पंजीकरण राही सी ऑप्शन है वंशानुगत द्वारा डी ऑप्शन उपरोक्त सारे ही ਤਾਂ ਕੀ ਹੋਵੇਗਾ ਜੀ ਏ ਇਸ ਦਾ ਰਾਈਟ ਆਨਸਰ ਕਿਸ ਦੇ ਦੁਆਰਾ ਭਾਰਤੀ ਨਾਗਰਿਕਤਾ ਪ੍ਰਾਪਤ ਕੀਤੀ ਜਾ ਸਕਦੀ ਹੈ ਤਾਂ ਰਾਈਟ ਆਨਸਰ ਹੋਵੇਗਾ ਜੀ ਡੀ ਆਪਸ਼ਨ ਉਪਰੋਕਤ ਸਾਰੇ ਹੀ ਠੀਕ ਹੈ ਜੀ ਤਾਂ ਜਨਮ ਪੰਚੀਕਰਨ ਤੇ ਵਿੰਸ਼ਣੂਗਤ ਤਿੰਨ ਤਰ੍ਹਾਂ ਨਾਲ ਹੀ ਜਿਹੜੀ ਹੈ ਭਾਰਤੀ ਨਾਗਰਿਕਤਾ ਪ੍ਰਾਪਤ ਕੀਤੀ ਜਾ ਸਕਦੀ ਹੈ ਨੈਕਸਟ ਕੁਐਸਚਨ ਹੈ ਜੀ ਮੌਲਿਕ ਅਧਿਕਾਰਾਂ ਬਾਰੇ ਸੁਣਵਾਈ ਕਰਨ ਦਾ ਅਧਿਕਾਰ ਨਿਮਨਲਿਖਿਤ ਵਿੱਚੋਂ ਕਿਸ ਨੂੰ ਪ੍ਰਦਾਨ ਕੀਤਾ ਜਾ ਸਕਦਾ ਹੈ तो मौलिक अधिकार बारे जेकर सुनवाई करनी है तो उसका जो अधिकार है जी और किसानों प्रदान किया जा सकता है तो ए ऑप्शन है हाई कोर्ट बी ऑप्शन है सुप्रीम कोर्ट सी ऑप्शन है प्रधानमंत्री डी ऑप्शन है राष्ट्रपति तो किसान प्रदान किया जाता है जी मौलिक अधिकार बारे सुनवाई करने का अधिकार तो इसका जो राइट आंसर होगा जी वह होगा बी ऑप्शन सुप्रीम कोर्ट ठीक है जी ये अधिकार सुप्रीम कोर्ट न प्रदान किया जा सकता है नैक्सट क्वेश्चन है जी ਧਾਰਮਿਕ ਸੁਤੰਤਰਤਾ ਦਾ ਅਧਿਕਾਰ ਕਿਹੜੇ ਅਨੁਛੇਦ ਦੁਆਰਾ ਦਿੱਤਾ ਗਿਆ ਹੈ ਤੇ ਜਿਹੜੀ ਧਾਰਮਿਕ ਸੁਤੰਤਰਤਾ ਹੈ ਜੀ ਉਹ ਕਿਹੜੇ ਅਨੁਛੇਦ ਵਿੱਚ ਦਿੱਤੀ ਗਈ ਹੈ ਦੱਸੀ ਗਈ ਹੈ ਠੀਕ ਹੈ ਜੀ ਏ ਆਪਸ਼ਨ ਅਨੁਛੇਦ 22 ਬੀ ਆਪਸ਼ਨ ਅਨੁਛੇਦ 25 ਸੀ ਆਪਸ਼ਨ ਅਨੁਛੇਦ 40 ਡੀ ਆਪਸ਼ਨ ਅਨੁਛੇਦ 18 ਕਿਹੜੇ ਅਨੁਛੇਦ ਵਿੱਚ ਦੁਆਰਾ ਦਿੱਤਾ ਗਿਆ ਹੈ ਜੀ ਅਧਿਕਾਰ ਇਹ ਧਾਰਮਿਕ ਸੁਤੰਤਰਤਾ ਦਾ ਤਾਂ ਇਹ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ ਬੀ ਆਪਸ਼ਨ ਅਨੁਛੇਦ 25 है जी धार्मिक स्वतंत्रता अधिकार अनुच्छेद पच्ची द्वारा गया है क्वेश्चन है जी मौलिक अधिकार निलंबित कौन कर सकता है तो जो मौलिक अधिकार है जी इसको निलंबित कौन कर सकता है तो ए ऑप्शन है जी सुप्रीम कोर्ट बी ऑप्शन है प्रधानमंत्री सी ऑप्शन है संसद डी ऑप्शन है राष्ट्रपति ਤਾਂ ਜਿਹੜਾ ਮੌਲਿਕ ਅਧਿਕਾਰ ਹੈ ਜੀ ਉਸ ਨੂੰ ਨिलंबित ਕੌਣ ਕਰ ਸਕਦਾ ਹੈ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ ਡੀ অপਸ਼ਨ ਰਾਸ਼ਟਰਪਤੀ ਯਾਨੀ ਕਿ ਪ੍ਰੈਜ਼ੀਡੈਂਟ ਠੀਕ ਹੈ ਜੀ ਮੌਲਿਕ ਅਧਿਕਾਰ ਨੂੰ ਨिलंबित ਰਾਸ਼ਟਰਪਤੀ ਕਰ ਸਕਦਾ ਹੈ ਮੌਲਿਕ ਅਧਿਕਾਰ ਬਾਰੇ ਜਿਹੜੀ ਸੁਣਵਾਈ ਹੈ ਉਹ ਸੁਪਰੀਮ ਕੋਰਟ ਵਿੱਚ ਕੀਤੀ ਜਾਂਦੀ ਹੈ ਜੀ ਤੇ ਨिलंबित ਕਰਨਾ ਹੋਵੇ ਮੌਲਿਕ ਅਧਿਕਾਰ ਨੂੰ ਤਾਂ ਉਹ ਰਾਸ਼ਟਰਪਤੀ ਦੁਆਰਾ ਆਰਡਰ ਕੀਤਾ ਜਾਂਦਾ ਹੈ ਠੀਕ ਹੈ ਜੀ ਨੈਕਸਟ ਕੁਐਸਚਨ ਹੈ किसी संसद मैंबर की के संदर्भ में फैसला कौन करता है तो किसी संसद मैंबर द अ जे डुआलीफिकेशन करना होयोगता संदर्भ दे देखा जाए तो फैसला यह कौन करेगा कि कौन डिसकुआलीफाई करता है तो यह फैसला कौन करेगा तो ए ऑप्शन है चेयरमैन बी ऑप्शन है राष्ट्रपति सी ऑप्शन है सभापति डी ऑप्शन इन्होंने कोई नहीं तो कौन करता है जी यैसला किसी संसद मैंबर की अयोगता का तो इसका जरा राइट आंसर होगा जी वह होगा ਬੀ ਆਪਸ਼ਨ ਰਾਸ਼ਟਰਪਤੀ ਠੀਕ ਹੈ ਜੀ ਕਿਸੇ ਸੰਸਦ ਮੈਂਬਰ ਦੀ ਅਯੋਗਤਾ ਦੇ ਸੰਬੰਧ ਵਿੱਚ ਜਿਹੜਾ ਫੈਸਲਾ ਆਇਆ ਜੀ ਉਹ ਰਾਸ਼ਟਰਪਤੀ ਕਰਦਾ ਹੈ ਠੀਕ ਹੈ ਜੀ ਤਾਂ ਫਰੈਂਡਸ ਇਹ ਸਿਕਸ ਇੰਪੋਰਟੈਂਟ ਕੁਐਸਚਨਸ ਹਨ ਜੋ ਕਿ ਐਸਐਸਟੀ ਤੇ ਮਾਸਟਰ ਕਲ ਇਗਜ਼ਾਮ ਵਿੱਚ ਆ ਸਕਦੇ ਹਨ ਬਹੁਤ ਹੀ ਇੰਪੋਰਟੈਂਟ ਕੁਐਸਚਨਸ ਹਨ ਇਹਨੂੰ ਤੁਸੀਂ ਜ਼ਰੂਰ ਕਰ ਲਿਓ ਤੇ ਜੇਕਰ ਚੈਨਲ ਨੂੰ ਮੇਰੇ ਸਬਸਕ੍ਰਾਈਬ ਨਹੀਂ ਕੀਤਾ ਹੈ ਤੁਸੀਂ ਤਾਂ ਜੂਰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਦੇ ਹੋ ਤਾਂ ਕਿ ਤੁਹਾਨੂੰ ਮੇਰੇ ਨੋਟੀਫਿਕੇਸ਼ਨ ਜੋ ਹੈ ਵੀਡੀਓਜ਼ ਆ ਮਿਲਦਾ ਰਹੇ ਠੀਕ ਹੈ ਜੇਕਰ ਤੁਹਾਨੂੰ ਕੋਈ ਕੋਈਰੀ ਹੋਵੇ ਤੁਹਾਡੀ ਜਾਂ ਕੋਈ ਡਾਊਟ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਮੈਂ ਤੁਹਾਨੂੰ ਰਿਪਲਾਈ ਕਰਨ ਦੀ ਕੋਸ਼ਿਸ਼ ਕਰਾਂਗਾ ਠੀਕ ਹੈ ਜੀ ਤਾਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਕੁਝ ਹੋਰ ਇੰਪੋਰਟ